ਵਿਰਸੇ ਦੀ ਜੇ ਗੱਲ ਸੁਣਾਵਾਂ, ਸਾਦਗੀ ਵਾਲਾ ਹੁਸਨ ਦਿਖਾਵਾਂ, ਪਿਆਰ ਅਨੋਖੇ ਨਾ ਸੀ ਧੋਖੇ, ਸੋਹਣੀਆਂ ਰੁੱਤਾਂ ਗਿੱਲੇ ਸੁੱਕੇ, ਨੱਚਣ ਟੱਪਣ ਖੁਸ਼ੀਆਂ ਖੇੜੇ, ਕੱਚੇ ਕਰਸੀ ਖੁੱਲੇ ਵੇੜੇ, ਪਾਕ ਇਸ਼ਕ ਦੀ ਪੌੜੀ ਚੜ੍ਹਨਾ, ਚੋਰੀ ਚੋਰੀ ਦਰਸ਼ਨ ਕਰਨਾ, ਪਰ ਅਣਖਾਂ ਲਈ ਜੋ ਅੜ ਜਾਂਦਾ ਸੀ, ਹਿੱਕ ਤਾਣ ਕੇ ਖੜ ਜਾਂਦਾ ਸੀ, ਕਰਦਾ ਨਾ ਸੀ ਪੈਰ ਪਿਛਾਉਣ, ਅਖਵਾਉਂਦਾ ਸੀ ਉਹ। ਟਾਈਮਸ ਪੰਜਾਬ ਕੇ ਸ਼ੋਅ ਗੋਲਡਨ ਟਾਕਸ ਵਿੱਚ ਸ਼ਿਪਰਾ ਮੇ ਸਾਰੇ ਲੁਧਿਆਨਵੀਸ ਕਾ ਵਾਰਮ ਵਾਰਮ ਵੈਲਕਮ। ਜਬ ਹਮ ਉਨਕੀ ਮੂਵੀਜ਼ ਦੇਖਤੇ ਹੈ ਹਮ ਬਹੁਤ ਹੱਸਤੇ ਹੈ, ਜਬ ਹਮ ਉਨਕੇ ਸੌਂਗ ਸੁਣਤੇ ਹੈ ਤੋ ਹਮ ਡਾਂਸ ਵੀ ਬਹੁਤ ਕਰਤੇ ਹੈ। ਆਜ ਹਮ ਉਨਸੇ ਕਹਿਣਾ ਚਾਹੇਂਗੇ ਕਿ ਲੈ ਜੱਟਾ ਖਿੱਚ ਸੈਲਫੀ। ਹੋਪਫੁਲੀ ਆਪ ਸਭ ਨੇ ਇਹਨੇ ਪਹਿਚਾਨ ਲਿਆ ਹੋਗਾ। ਜੀ ਹਾਂ, ਬਾਤ ਕਰ ਰਹੇ ਹੈ ਬੋਲੀਵੁੱਡ ਇੰਡਸਟਰੀ ਕੇ ਮਲਟੀ ਟੈਲੈਂਟਿਡ ਐਕਟਰ ਐਂਡ ਸਿੰਗਰ ਮਿਸਟਰ ਹਰੀਸ਼ ਵਰਮਾ ਜੀ ਸੇ। ਤੋ ਚਲੀਏ ਜ਼ਿਆਦਾ ਟਾਈਮ ਨਾ ਵੇਸਟ ਕਰਤੇ ਹੋਏ ਹਮ ਆਪਕੋ ਉਨਸੇ ਮਿਲਵਾਤੇ ਹੈ ਔਰ ਦੇਖਤੇ ਹੈ ਔਨ ਸੈਟ ਆਜ ਵੋ ਹਮ ਸਭ ਕੋ ਕਿਤਨਾ ਹਸਾਨੇ ਵਾਲੇ ਹੈਂ। ਹੈਲੋ ਸਰ, ਵੈਲਕਮ ਟੂ ਟਾਈਮਸ ਪੰਜਾਬ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ ਜੀ। ਸਰ ਕੈਸੇ ਹੈਂ ਆਪ? ਮੈਂ ਅੱਛਾ ਹੂੰ, ਆਪ ਬਤਾਏ। ਬਿਲਕੁਲ ਸਰ, ਕਿਤਨੇ ਟਾਈਮ ਬਾਅਦ ਲੁਧਿਆਣਾ ਆਏ ਆਪ? ਮੇਰੇ ਖਿਆਲ 'ਚ ਮੈਂ 4 ਕੁ ਮਹੀਨੇ ਨਹੀਂ 6 ਕੁ ਮਹੀਨੇ ਬਾਅਦ ਆਇਆ। ਹਾਂਜੀ, ਲਾਸਟ ਟਾਈਮ ਆਪਣੀ ਸਿਸਟਰ ਨੂੰ ਮਿਲਣ ਆਇਆ ਸੀ, ਮੇਰੀ ਸਿਸਟਰ ਇੱਥੇ ਰਹਿੰਦੀ ਹੈ। ਸਰ ਅਭੀ ਤੋ ਜੈਸੇ ਹਮ ਸਭ ਆਪਕੋ ਜਾਣਤੇ ਹੈਂ, ਫਾਰਮਲ ਇੰਟਰੋਡਕਸ਼ਨ ਤੋ ਹਮਨੇ ਆਪਕਾ ਦੇ ਹੀ ਦਿਆ। ਇਤਨੀ ਸੁਪਰ ਹਿੱਟ ਮੂਵੀਜ਼ ਆਪ ਦੇਖ ਚੁੱਕੇ ਹੈਂ, ਕਬ ਆਪਨੇ ਸਟਾਰਟ ਕੀ ਆਪਣੀ ਐਕਟਿੰਗ ਲਾਈਨ? ਐਕਟਿੰਗ ਲਾਈਨ ਜੀ ਮੈਂ ਕੀਤੀ ਜਦੋਂ ਮੈਂ ਬਹੁਤ ਛੋਟਾ ਜਿਹਾ ਸੀਗਾ। ਬਹੁਤ ਛੋਟੇ ਹੁੰਦੇ ਸੀ ਆਪ ਕਰਤੇ ਆ ਰਹੇ? ਵਾਓ, ਮਤਲਬ 1999 ਚ ਮੈਂ ਉਦੋਂ ਪੜ੍ਹਦਾ ਸੀ, ਉਦੋਂ ਮੈਂ ਥੀਏਟਰ ਕਰਨਾ ਸ਼ੁਰੂ ਕਰਤਾ ਸੀ ਸਰਦਾਰ ਗੁਰਸ਼ਰਨ ਸਿੰਘ ਜੀ ਨਾਲ। ਹਾਂਜੀ, ਉਦੋਂ ਤੋਂ ਸ਼ੁਰੂ ਕੀਤਾ। ਤੋ ਕਾਮੇਡੀ ਮੈਂ ਇੰਟਰਸਟ ਕੈਸੇ ਬਣਾਇਆ? ਬਚਪਨ ਸੇ ਘਰ ਮੈਂ ਐਟਮੋਸਫੇਅਰ ਐਸਾ ਥਾ ਕਿ ਆਪ ਹੱਸਦੇ ਹਸਾਤੇ ਰਹਿੰਦੇ ਤੇ ਸਭ ਕੋ? ਘਰੇ ਬਹੁਤ ਕਾਮੇਡੀ ਹੁੰਦੀ ਸੀ, ਮੇਰੇ ਡੈਡੀ ਮੈਨੂੰ ਬਹੁਤ ਚਿੱਤਰ ਮਾਰਦੇ ਸੀ, ਹਾਂ ਹਰ ਗੱਲ 'ਤੇ ਮੈਨੂੰ ਖਿੱਚਦੇ ਸੀ, ਅਤੇ ਮੈਂ ਉਹਨੂੰ ਬਾਏ ਬਰਥ ਆਪਕੋ ਇਹ ਟੈਲੈਂਟ ਮਿਲਾ ਹੋ? ਹਾਂ, ਬਾਏ ਬਰਥ ਮਿਲਿਆ ਹੈ, ਕਿਉਂਕਿ ਇੱਕ ਵਕਤ ਇਹੋ ਜਿਹਾ ਆ ਗਿਆ ਸੀ ਜਦੋਂ ਡੈਡੀ ਖਿੱਚਦੇ ਸੀ ਜਾਂ ਮੈਨੂੰ ਕੋਈ ਖਿੱਚਦਾ ਸੀ, ਮੇਰਾ ਹਾਸਾ ਨਿਕਲ ਜਾਂਦਾ ਸੀ, ਅਤੇ ਉਹ ਮੈਂ ਡੈਡੀ ਕੋਲ ਮੁੰਡੇ ਫੂਲ 'ਚ ਵੀ ਪਾਇਆ ਕਿ ਡੈਡੀ ਗੁੱਸਾ ਨਾ ਕਰਿਆ ਕਰੋ, ਤੁਹਾਡਾ ਚਿਹਰਾ ਦੇਖ ਕੇ ਮੇਰਾ ਹਾਸਾ ਨਿਕਲ ਜਾਂਦਾ ਹੈ। ਆਪਕੀ ਫਸਟ ਮੂਵੀ ਕੌਣ ਸੀ ਦੀ? ਮੇਰੀ ਫਸਟ ਮੂਵੀ ਸੀਗੀ ਜੀ ਪੰਜਾਬਣ, ਮਿਸ ਪੂਜਾ ਜੀ ਦੇ ਨਾਲ। ਉਸ ਤੋਂ ਬਾਅਦ ਫਿਰ ਫਿਲਮ ਆਈ ਯਾਰਨ ਮੁੱਲੇ, ਜਿਸ ਦੇ ਨਾਲ ਮੈਂ ਜੱਟ ਟਿੰਕਾ ਹੋ ਗਿਆ ਸਾਰਿਆਂ ਦਾ। ਮੈਂ ਸਾਰਿਆਂ ਦੇ ਆਪਸੇ ਪੁੱਛਣਾ ਚਾਹਾਂਗੇ, ਹਮਨੇ ਸੁਣਿਆ ਆਪਕਾ ਇਹ ਨਿਕਨੇਮ ਵੀ ਹੈ ਜੱਟ ਟਿੰਕਾ। ਹਾਂ, ਮੇਰਾ। ਤੋ ਇਹ ਨਿਕਨੇਮ ਆਪਕਾ ਗਾਣਾ ਆਇਆ ਤੇ ਇੱਕ ਸੌਂਗ ਆਇਆ ਥਾ ਜੋ ਬੜਾ ਫੇਮਸ ਹੁਆ ਥਾ, ਹਾਏ ਹਾਏ ਨੀ ਪ੍ਰਿੰਕਾ, ਤੋ ਉਸਮੇ ਇਹ ਜੋ ਆਪਕਾ ਨਾਮ ਹੈ ਇਹ ਆਫਟਰ ਸੌਂਗ ਆਪਕੋ ਲੋਗੋ ਨੇ ਦਿਆ ਜਾਂ ਇਸਸੇ ਪਹਿਲੇ ਹੀ ਥਾ? ਨਹੀਂ, ਬਿਲਕੁਲ ਆਫਟਰ ਸੌਂਗ ਦਿੱਤਾ। ਉਸ ਤੋਂ ਪਹਿਲਾਂ ਤਾਂ ਮੈਂ ਸੀਰੀਅਲ ਕਰ ਰਿਹਾ ਸੀਗਾ ਕਲਰ ਚੈਨਲ ਦਾ, ਨਾ ਆਨਾ ਇਸ ਦੇਸ ਲਾਡੋ, ਉਸ 'ਚ ਹਰੀਸ਼ ਨਾਮ ਤੋਂ ਹੀ ਸੀਗਾ ਮੈਂ। ਫਿਰ ਇਹ ਫਿਲਮ ਨੇ ਮੇਰਾ ਨਾਮ ਬਦਲਿਆ, ਜੱਟ ਟਿੰਕਾ ਕਰਤਾ ਮੈਨੂੰ। ਮੈਨੂੰ ਸਾਰੇ ਜੱਟ ਟਿੰਕਾ ਕਹਿ ਕੇ ਬੁਲਾਉਂਦੇ ਨੇ, ਅਤੇ ਮੈਨੂੰ ਬਹੁਤ ਪਸੰਦ ਆਏ ਨਾਮ। ਸਰ ਆਪ ਕਿਸ ਟਾਈਪ ਕੇ ਰੋਲਸ ਜ਼ਿਆਦਾ ਪ੍ਰੈਫਰ ਕਰਤੇ ਹੈ? ਕਿ ਆਪ ਚਾਹਤੇ ਹੈ ਕਿ ਆਪਕੇ ਇੱਕ ਫਿਲਮੀ ਕੈਰੀਅਰ ਕੇ ਸਾਥ ਇੱਕ ਕਾਮੇਡੀਅਨ ਕਾ ਟੈਗ ਜੁੜ ਜਾਣਾ ਚਾਹੀਏ, ਕਿਉਂਕਿ ਆਪ ਇਤਨਾ ਹਸਾਤੇ ਹੈ ਵਿਊਵਰਸ ਕੋ? ਦੇਖੋ, ਪਤਾ ਕੀ ਹੈ, ਐਂਟਰਟੇਨਮੈਂਟ ਬਹੁਤ ਜ਼ਰੂਰੀ ਹੈ। ਮੈਨੂੰ ਜੇ ਕਾਮੇਡੀਅਨ ਦਾ ਟੈਗ ਵੀ ਮਿਲਦਾ ਨਾ ਕਿ ਕਾਮੇਡੀ ਐਕਟਰ ਆ, ਯਾਰ ਆਈ ਵੁੱਡ ਲਵ ਦੈਟ ਟੈਗ। ਮੈਂ ਉਹਨੂੰ, ਕਿਉਂਕਿ ਕਿਸੇ ਦੀ ਜ਼ਿੰਦਗੀ 'ਚ ਖੁਸ਼ੀ ਦੇ ਦੇਣਾ, ਕਿਸੇ ਨੂੰ ਹਸਾ ਦੇਣਾ, ਇਹ ਬਹੁਤ ਵੱਡੀ ਇੱਕ ਮੇਰੇ ਖਿਆਲ 'ਚ ਕੋਸ਼ਿਸ਼ ਹੁੰਦੀ ਹੈ, ਬਹੁਤ ਖੂਬਸੂਰਤ ਕੋਸ਼ਿਸ਼ ਹੁੰਦੀ ਹੈ, ਐਂਡ ਮੈਂ ਜ਼ਿੰਦਗੀ ਭਰ ਕਰਦਾ ਰਹੂੰਗਾ ਇਹ ਕੋਸ਼ਿਸ਼। ਜੈਸੇ ਹਮ ਸਭ ਜਾਣਦੇ ਕਿ ਕਿਸੀ ਕੋ ਹਸਾਨਾ ਸਭਸੇ ਮੁਸ਼ਕਿਲ ਕਾਮ ਹੁੰਦਾ ਹੈ, ਤੋ ਆਪਕੇ ਲਈ ਕਿਤਨਾ ਡਿਫੀਕਲਟ ਹੈ ਜਾਂ ਆਪ ਇਸਕੋ ਬੜੀ ਈਜ਼ੀਲੀ ਲੈ ਕੇ ਜਾਂਦੇ ਹੈ? ਨਹੀਂ, ਪਤਾ ਕੀ ਹੈ, ਮੈਂ ਗੱਲ ਮੰਨਦਾ ਹਾਂ ਜੀ ਕਿ ਦਿਲ ਤੋਂ ਜੇ ਤੁਸੀਂ ਕਦੇ ਕਿਸੇ ਨੂੰ ਕੁਛ ਕਹੋਗੇ ਤਾਂ ਉਹ ਦਿਲ ਤੱਕ ਪਹੁੰਚੂਗੀ ਗੱਲ, ਅਤੇ ਮੈਂ ਜਦੋਂ ਕੁਛ ਵੀ ਕਹਿੰਦਾ ਦਿਲ ਤੋਂ ਹੀ ਕਹਿੰਦਾ ਅਤੇ ਉਹ ਦਿਲ ਤੱਕ ਪਹੁੰਚ ਜਾਂਦੀ ਹੈ। ਸੁਪਰਹਿਟ ਮੂਵੀਜ਼ ਦੀਆਂ ਆਪਕੀ ਫੇਵਰੇਟ ਮੂਵੀ ਕੌਣ ਸੀ? ਮੇਰੀਆਂ ਫੇਵਰੇਟ ਮੂਵੀਜ਼ ਜਿਵੇਂ ਗੋਲਕ ਪੁਗਨੀ ਬੈਂਕ ਅਤੇ ਬਟੂਆ ਲਾਸਟ ਈਅਰ ਆਈ ਸੀਗੀ, ਸੁਪਰ ਡੁਪਰ ਹਿੱਟ ਮੂਵੀ। ਹਾਂ, ਸੁਪਰ ਡੁਪਰ ਹਿੱਟ ਸੀਗੀ। ਉਸ ਤੋਂ ਬਾਅਦ ਯਾਰਨ ਮੁੱਲੇ, ਈਵਨ ਉਹ ਬਹੁਤ ਪਸੰਦ ਹੈ ਮੈਨੂੰ। ਫਿਰ RSVP ਇੱਕ ਮੇਰੀ ਨੀਰੂ ਬਾਜਵਾ ਜੀ ਦੇ ਨਾਲ ਸੀਗੀ, ਅਤੇ ਹੁਣ ਆਹ ਜਿਹੜੀਆਂ ਫਿਲਮਸ ਮੈਂ ਕਰ ਰਿਹਾ ਇਸ ਸਾਲ ਬਾਬਾ ਜੀ ਦੀ ਕਿਰਪਾ ਨਾਲ, ਇਹ ਮੇਰੀਆਂ ਫੇਵਰੇਟ ਮੂਵੀਜ਼ ਨੇ। ਸਰ ਆਪ ਬਾਲੀਵੁੱਡ ਇੰਡਸਟਰੀ ਕੇ ਲਈ ਟਰਾਈ ਨਹੀਂ ਕਰਨਾ ਚਾਹਤੇ? ਨਹੀਂ, ਮੈਨੂੰ ਇੱਕ ਦੋ ਆਫਰਸ ਸੀਗੀਆਂ, ਬਟ ਉਹ ਬਿਕੋਜ਼ ਆਫ ਸਮ ਰੀਜ਼ਨਸ ਨਹੀਂ ਮੈਚੋਰ ਹੋ ਪਾਈਆਂ, ਕਿਉਂਕਿ ਬਹੁਤ ਕੁਝ ਦੇਖਣਾ ਪੈਂਦਾ, ਬਟ ਜੇ ਕੁਝ ਵਧੀਆ ਆਉਂਦਾ ਫਿਰ ਮੈਂ ਡੈਫੀਨੇਟਲੀ ਕਰੂੰਗਾ ਹਿੰਦੀ ਫਿਲਮਾਂ ਵੀ। ਤੋ ਬਾਲੀਵੁੱਡ ਇੰਡਸਟਰੀ ਮੈਂ ਜੈਸੇ ਪਹਿਲੇ ਕੀ ਮੂਵੀਜ਼ ਆਤੀ ਥੀ, ਆਪਕੋ ਕਿਆ ਲੱਗਤਾ ਹੈ ਕਿ ਕਿਤਨਾ ਡਿਫਰੈਂਸ ਆਇਆ? ਅਬ ਜੈਸੇ ਹਮ ਦੇਖਤੇ ਹੈ ਕਿ ਕੋਈ ਕਾਮੇਡੀ ਮੂਵੀ ਆਤੀ ਹੈ ਤੋ ਫਟਾਫਟ ਸੇ ਟਿਕਟਸ ਬੁੱਕ ਹੋ ਜਾਤੀ ਹੈ ਕਿ ਕਾਮੇਡੀ ਮੂਵੀ ਆਈ ਹੈ ਚਲੀਏ, ਤੋ ਆਪਕੋ ਕਿਆ ਲੱਗਤਾ ਹੈ ਐਸਾ ਕੁਝ ਡਿਫਰੈਂਸ ਆਇਆ ਕਿ ਪਹਿਲੇ ਕੇ ਟਾਈਮ ਕੀ ਮੂਵੀਜ਼ ਔਰ ਅਬ ਕੇ ਟਾਈਮ ਕੀ ਮੂਵੀਜ਼? ਹਾਂਜੀ, ਡਿਫਰੈਂਸ ਤਾਂ ਆਇਆ ਹੈ। ਦੇਖੋ, ਹਰ ਕੋਈ ਚਾਹੁੰਦਾ ਐਂਟਰਟੇਨਮੈਂਟ, ਅਤੇ ਹਰ ਕੋਈ ਚਾਹੁੰਦਾ ਹੈ ਕਿ ਮੈਂ ਉਹ 2 ਘੰਟੇ ਜਦੋਂ ਸਿਨੇਮਾ 'ਚ ਜਾਵਾਂ ਮੇਰਾ ਮਨੋਰੰਜਨ ਹੋਵੇ, ਮੈਂ ਖੁਸ਼ ਹੋਵਾਂ, ਮੈਂ ਆਪਣੀਆਂ ਸਾਰੀਆਂ ਟੈਨਸ਼ਨਾਂ ਭੁੱਲ ਜਾਵਾਂ। ਤਾਂ ਹੀ ਕਰਕੇ ਆਪਾਂ ਦੇਖਦੇ ਹਾਂ ਕਿ ਜਿਨ੍ਹਾਂ ਫਿਲਮਾਂ 'ਚ ਐਂਟਰਟੇਨਮੈਂਟ ਦੱਸਿਆ ਜਾਂਦਾ, ਦਿਖਾਇਆ ਜਾਂਦਾ, ਔਰ ਐਂਟਰਟੇਨਮੈਂਟ ਦਾ ਕਦੇ ਵੀ ਇਹੀ ਮਤਲਬ ਨਹੀਂ ਕਿ ਹਸਾਉਣਾ। ਐਂਟਰਟੇਨਮੈਂਟ ਮੀਨਸ ਉਹ ਐਂਗੇਜਿੰਗ ਚੀਜ਼, ਉਹ ਚੀਜ਼ ਜਿਹੜੀ ਖਿੱਚਦੀ ਹੈ ਤੁਹਾਨੂੰ, ਜਿਸ 'ਚੋਂ ਤੁਸੀਂ ਐਂਟਰਟੇਨਡ ਫੀਲ ਕਰਦੇ ਹੋ।
ਉਹ ਫਿਲਮ ਜੇ ਕੋਈ ਵੀ ਹੋਊਗੀ ਤਾਂ ਚੱਲੂਗੀ, ਮੈਨੂੰ ਐਂ ਲੱਗਦਾ। ਅਬ ਹਮ ਬਾਤ ਕਰਤੇ ਹੈਂ ਆਪਕੀ ਆਨੇ ਵਾਲੀ ਮੂਵੀ ਕੇ ਬਾਰੇ ਮੇਂ, ਨਾਡੂ ਖਾਨ। ਤੋ ਯੇ ਨਾਮ ਕੈਸੇ ਮੂਵੀ ਕਾ ਪੜਾ ਔਰ ਆਪਕਾ ਇਸਮੇਂ ਕਿਆ ਕਰੈਕਟਰ ਹੈ, ਤੋ ਆਪ ਪਲੀਜ਼ ਹਮਸੇ ਸ਼ੇਅਰ ਕੀਜੀਏ। ਇਸ ਫਿਲਮ ਦਾ ਨਾਮ ਨਾਡੂ ਖਾਂ ਸਾਡੇ ਰਾਈਟਰ ਸਾਹਿਬ ਸੁਖਜਿੰਦਰ ਸਿੰਘ ਬੱਬਲ ਜੀ ਅਤੇ ਇਮਰਾਨ ਸ਼ੇਖ ਜੀ ਨੇ ਰੱਖਿਆ, ਕਿਉਂਕਿ ਫਿਲਮ ਦੀ ਗੱਲ ਕਹਾਣੀ ਇਹ ਗੱਲ ਕਰਦੀ ਹੈ ਔਰ ਮੇਰਾ ਕੈਰੈਕਟਰ ਇਸ 'ਚ ਚੰਨਣ ਦਾ, ਜਿਹੜਾ ਆਪਣੇ ਆਪ ਨੂੰ ਨਾਡੂ ਖਾਂ ਸਮਝਦਾ, ਬਟ ਉਹ ਹੈ ਕਿ ਨਹੀਂ ਹੈ ਇਹ ਫਿਲਮ 'ਚ ਪਤਾ ਲੱਗੂਗਾ, ਮੈਂ ਨਹੀਂ ਦੱਸ ਸਕਦਾ ਤੁਹਾਨੂੰ। ਅਤੇ ਕੈਸੇ ਕਰੈਕਟਰ ਹੈ ਆਪਕਾ, ਕੌਮਿਕ ਕਿਸ ਟਾਈਪ ਕਾ ਕਰੈਕਟਰ ਹੈ? ਇਸ 'ਚ ਸਾਰੇ ਸ਼ੇਡਸ ਨੇ ਜੀ, ਬੇਸਿਕਲੀ ਇਹ ਬੜਾ ਜਿੰਦਾ ਦਿਲ ਦਾ ਕਿਰਦਾਰ ਹੈ, ਬੜਾ ਬੜਾ ਜਿਵੇਂ ਪਿੰਡਾਂ ਦੇ ਮੁੰਡੇ ਹੁੰਦੇ ਨੇ ਉਵੇਂ ਦਾ ਕਿਰਦਾਰ ਹੈ। ਅਤੇ ਫਿਲਮ ਬਣਾਈ ਹੈ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਅਤੇ ਲਾਊਡ ਰੋਡ ਫਿਲਮਸ। ਕਹਿ ਸਕਦੇ ਹਾਂ ਜੈਸੇ ਆਪ ਕੀ ਮੂਵੀਜ਼ ਦੇਖ ਕੇ ਹਮ ਸਭ ਇਤਨਾ ਹੱਸਦੇ ਹਾਂ, ਤੋ ਇਸ ਮੂਵੀ ਮੇਂ ਵੀ ਹਮ ਹੱਸੇਂਗੇ ਡੈਫੀਨੇਟਲੀ। 100% ਜੀ, ਇਸ ਫਿਲਮ 'ਚ ਤਾਂ ਸਵਾਦ ਹੀ ਸਵਾਦ ਆ। ਤੋ ਆਪਕਾ ਜੋ ਐਕਸਪੀਰੀਅੰਸ ਰਹਾ ਇਤਨੀ ਬਿਊਟੀਫੁਲ ਡੀਵਾ ਕੇ ਸਾਥ ਆਪਨੇ ਕਾਮ ਕੀ ਹੈ, ਕੈਸੇ ਰਹਾ ਔਨ ਸੈਟ ਔਰ ਇਸਕੀ ਸ਼ੂਟਿੰਗ ਕਹਾਂ ਪੇ ਹੋਈ ਹੈ? ਇਹਦੀ ਸ਼ੂਟਿੰਗ ਹੋਈ ਹੈ ਰਾਜਸਥਾਨ 'ਚ ਔਰ ਬੜਾ ਐਕਸਪੀਰੀਅੰਸ ਮੇਰਾ ਬਹੁਤ ਸੋਹਣਾ ਰਿਹਾ ਜੀ ਵਾਮਿਕਾ ਜੀ ਦੇ ਨਾਲ। ਉਹ ਬਹੁਤ ਪਿਆਰੇ ਇਨਸਾਨ ਨੇ, ਬਹੁਤ ਪਿਆਰਾ ਕੰਮ ਕਰਦੇ ਨੇ, ਐਕਟਰ ਬਹੁਤ ਸੋਹਣੇ ਨੇ, ਜਿੰਨੇ ਖੂਬਸੂਰਤ ਇਨਸਾਨ ਨੇ ਓਨੇ ਖੂਬਸੂਰਤ ਐਕਟਰ ਵੀ ਨੇ, ਸੋ ਇਟ ਵਾਜ਼ ਫਨ। ਆਉਣੇ ਵਾਲੀ ਮੂਵੀਜ਼ ਕੌਣ ਕੌਣ ਸੀ ਆਪਕੀ? ਓਕੇ, ਇੱਕ ਮੇਰੀ ਫਿਲਮ ਰਿਦਮ ਬੋਇਸ ਦੇ ਨਾਲ ਆ ਰਹੀ ਹੈ ਹੁਣ ਨੈਕਸਟ, ਅਸੀਂ ਪਹਿਲਾਂ ਗੋਲਕ ਬੁਗਨੀ ਕੀਤੀ ਸੀ, ਹੁਣ ਨਵੀਂ ਫਿਲਮ ਬਣਾ ਰਹੇ ਹਾਂ, ਕੈਨੇਡਾ ਸ਼ੂਟ ਹੋ ਰਹੀ ਹੈ। ਅਤੇ ਇੱਕ ਨੀਰੂ ਬਾਜਵਾ ਜੀ ਦੇ ਪ੍ਰੋਡਕਸ਼ਨਸ ਤੋਂ ਆ ਰਹੀ ਹੈ, ਨਰੋਤਮ ਫਿਲਮਸ ਵੀ ਨਾਲ ਨੇ ਉਹਨਾਂ ਦੇ, ਜਿਨ੍ਹਾਂ ਨੇ ਹੋਰ ਵੱਡੀਆਂ ਵੱਡੀਆਂ ਅੱਛੀਆਂ ਫਿਲਮਾਂ ਬਣਾਈਆਂ ਨੇ। ਉਹ ਫਿਲਮ ਮੁੰਡਾ ਹੀ ਚਾਹੀਦਾ ਦਾ ਨਾਮ ਹੈ, ਉਹ ਜੁਲਾਈ 'ਚ ਰਿਲੀਜ਼ ਹੋਊਗੀ। ਸਰ ਅਬ ਹਮ ਚਾਹਤੇ ਹੈ ਕਿ ਆਪ ਜੈਸੇ ਸਪੈਸ਼ਲੀ ਲੁਧਿਆਣਾ ਆਏ ਹੈ ਇਸ ਮੂਵੀ ਕੋ ਲੈ ਕੇ, ਤੋ ਆਪ ਲੁਧਿਆਨਵੀ ਸੇ ਸਪੈਸ਼ਲ ਕਿਆ ਅਪੀਲ ਕਰਨਾ ਚਾਹੇਂਗੇ ਔਰ ਸਾਥ ਸਾਥ ਆਪਣੀ ਮੂਵੀ ਕੇ ਸਾਥ ਸਾਥ ਆਪਣੇ ਇਹ ਵੀ ਅਪੀਲ ਕਰਨੀ ਹੈ ਕਿ ਇਲੈਕਸ਼ਨਸ ਆਨੇ ਵਾਲੇ ਹੈ, ਤੋ ਆਪ ਕਿਆ ਚਾਹਤੇ ਹੈ ਕਿ ਕਿਸ ਤਰੀਕੇ ਸੇ ਲੋਗੋ ਕੋ ਵੋਟਿੰਗ ਕਰਨੀ ਚਾਹੀਏ ਔਰ ਕਿਆ ਉਨਕੋ ਰੋਲ ਪਲੇ ਕਰਨਾ ਚਾਹੀਏ ਇਲੈਕਸ਼ਨਸ ਕੋ ਲੈ ਕੇ? ਦੇਖੋ ਜੀ, ਸਭ ਤੋਂ ਪਹਿਲੇ ਮੂਵੀ ਕੇ ਬਾਰੇ ਮੇਂ ਨਾ ਮੈਂ ਬੋਲਦਾ, ਸਭ ਤੋਂ ਪਹਿਲਾਂ ਮੈਂ ਲੁਧਿਆਣਾ ਦੇ ਵਾਸੀਆਂ ਬਾਰੇ, ਜਿਹੜੇ ਇਸ ਖੂਬਸੂਰਤ ਸ਼ਹਿਰ 'ਚ ਰਹਿੰਦੇ ਨੇ, ਉਹਨਾਂ ਬਾਰੇ ਕਹਿਣਾ ਚਾਹੁੰਦਾ ਕਿ ਬੜੇ ਜ਼ਿੰਦਾ ਦਿਲ ਲੋਕ ਹੁੰਦੇ ਨੇ, ਬਹੁਤ ਪਿਆਰੇ ਇਨਸਾਨ ਨੇ। ਮੇਰਾ ਇੱਥੇ, ਮੇਰੀ ਸਿਸਟਰ ਵਿਆਹੀ ਹੈ ਇੱਥੇ ਅਤੇ ਮੈਂ ਅਕਸਰ ਆਉਂਦਾ ਹੁੰਦਾ ਲੁਧਿਆਣੇ। ਇਹਨਾਂ ਲੋਕਾਂ ਬਾਰੇ ਇਹੀ ਕਹਿਣਾ ਚਾਹੁੰਦਾ ਕਿ ਖੂਬਸੂਰਤ ਲੋਕ ਨੇ, ਜ਼ਿੰਦਾ ਦਿਲ ਲੋਕ ਨੇ, ਬੜਾ ਇਸ ਭੱਜ ਦੌੜ ਦੇ ਵਿੱਚ ਵੀ ਹੈ ਨਾ ਠਹਿਰਾਵ ਹੈ ਇਹਨਾਂ ਦੀ ਜ਼ਿੰਦਗੀ 'ਚ, ਵਧੀਆ ਜੋ ਮੈਨੂੰ, ਜੋ ਮੇਰੀ ਓਬਜ਼ਰਵੇਸ਼ਨ ਹੈ, ਕਿਉਂਕਿ ਮੈਂ ਸਿਸਟਰ ਕੋਲ ਉਹਨਾਂ ਤਾਂ ਆਲਾ ਦੁਆਲਾ ਮੈਨੂੰ ਮਿਲਦਾ। ਅਤੇ ਬਾਕੀ ਫਿਲਮ ਬਾਰੇ ਇਹ ਕਹਿਣਾ ਚਾਹੁੰਦਾ ਜੀ ਕਿ ਫਿਲਮ 26 ਤਰੀਕ ਨੂੰ ਆ ਰਹੀ ਹੈ, ਨਾਡੂ ਖਾਂ ਨਾਮ ਹੈ, ਫਿਲਮ ਬਹੁਤ ਖੂਬਸੂਰਤ ਹੈ, ਤੁਹਾਡਾ ਮਨੋਰੰਜਨ ਹੋਊਗਾ, ਤੁਹਾਨੂੰ ਵਿੱਚੋਂ ਕੁਛ ਇਹੋ ਜਿਹੀਆਂ ਗੱਲਾਂ ਵੀ ਦੇਖਣ ਨੂੰ, ਸੁਣਨ ਨੂੰ, ਜਾਣਨ ਨੂੰ ਮਿਲਣਗੀਆਂ, ਜਿਨ੍ਹਾਂ ਨੂੰ ਤੁਹਾਨੂੰ ਲੱਗੂਗਾ ਕਿ ਹਾਂ ਯਾਰ ਇਹ ਗੱਲ ਮੈਂ ਸੁਣੀ ਹੈ ਆਪਣੀ ਦਾਦੀ ਕੋਲੋਂ, ਆਪਣੇ ਦਾਦਾ ਜੀ ਕੋਲੋਂ, ਨਾਨੀ ਕੋਲੋਂ, ਇਹੋ ਜਿਹਾ ਕੁਛ ਵੀ ਦੇਖਣ ਸੁਣਨ ਨੂੰ ਮਿਲੂ। ਕਹਿ ਸਕਦੇ ਹਾਂ ਕਿ ਪੁਰਾਣਾ ਟਾਈਮ ਹਮੇਂ ਇਹ ਮੂਵੀ ਯਾਦ ਕਰਵਾਏਗੀ ਜੀ, ਡੈਫੀਨੇਟਲੀ। ਫਿਰ ਉਸ ਤੋਂ ਬਾਅਦ ਵੋਟ ਬਾਰੇ ਜੇ ਮੈਂ ਗੱਲ ਕਰਾਂ ਤਾਂ ਵੋਟ ਬਹੁਤ ਕੀਮਤੀ ਹੁੰਦੀ ਹੈ ਹਰੇਕ ਬੰਦੇ ਦੀ, ਡੈਫੀਨੇਟਲੀ ਜ਼ਰੂਰ ਵੋਟ ਕਰੋ, ਕਾਸਟ ਯੋਰ ਵੋਟ, ਜਾਓ, ਜੋ ਬੰਦਾ ਤੁਹਾਨੂੰ ਪਸੰਦ ਹੈ, ਜਿਸ 'ਤੇ ਤੁਹਾਨੂੰ ਲੱਗਦਾ ਕਿ ਕੁਛ ਕਰੂਗਾ, ਉਹਨੂੰ ਵੋਟ ਕਰੋ, ਜਿਤਾਓ, ਵੋਟ ਜ਼ਰੂਰ ਕਰੋ, ਮਿਹਰਬਾਨੀ। ਥੈਂਕ ਯੂ ਸਰ, ਆਪਣਾ ਪ੍ਰੈਸ਼ੀਅਸ ਟਾਈਮ ਹਮੇਂ ਦੇਣੇ ਕੇ ਲਈ। ਤੋ ਆਪਨੇ ਦੇਖਾ ਗਿਆ ਤੇ ਹਮਾਰੇ ਸਾਥ ਸੁਪਰ ਡੁਪਰ ਬਾਲੀਵੁੱਡ ਐਕਟਰ ਮਿਸਟਰ ਹਰੀਸ਼ ਵਰਮਾ ਜੀ, ਜਿਨਕੋ ਆਪ ਕਾਫੀ ਮੂਵੀਜ਼ ਮੇਂ ਦੇਖ ਚੁੱਕੇ ਹੈ, ਜਿਨ੍ਹਾਂ ਨੇ ਕਾਫੀ ਸੁਪਰ ਹਿੱਟ ਮੂਵੀਜ਼ ਦੀ ਹੈ, ਗੋਲਕ ਬੁਗਨੀ, ਬੈਂਕ ਤੇ ਬਟੋ, ਕ੍ਰੇਜ਼ੀ ਟੱਪਰ, ਯਾਰ ਅਨਮੁੱਲੇ ਐਂਡ ਮੈਨੀ ਮੋਰ। ਤੋ ਆਪ ਉਨਕੀ ਮੂਵੀ 26 ਅਪ੍ਰੈਲ ਕੋ ਰਿਲੀਜ਼ ਹੋਣੇ ਜਾ ਰਹੀ ਹੈ ਨਾਡੂ ਖਾਨ, ਉਹਨਾਂ ਨੇ ਹਮਸੇ ਸ਼ੇਅਰ ਕੀਆ ਕਿ ਕਿਸ ਟਾਈਪ ਕੀ ਮੂਵੀ ਹੈ ਔਰ ਕਿਸ ਟਾਈਪ ਕਾ ਕਰੈਕਟਰ ਹੈ ਉਨਕਾ ਇਸ ਮੂਵੀ ਮੇਂ। ਤੋ ਹਮ ਸਬਸੇ ਉਨਕੀ ਬਿਹਾਫ ਪੇ ਅਪੀਲ ਕਰਦੇ ਹੈ ਕਿ ਪਲੀਜ਼ ਲੁਧਿਆਨਵੀਜ਼ ਆਪ ਜਾਈਏ 26 ਅਪ੍ਰੈਲ ਕੋ ਔਰ ਦੇਖੀਏ ਇਸ ਬਿਊਟੀਫੁਲ ਮੂਵੀ ਕੋ। ਹੋਪਫੁਲੀ ਮੂਵੀ ਜ਼ਰੂਰ ਕੋਈ ਨਾ ਕੋਈ ਮੈਸੇਜ ਲੈ ਕਰ ਆਏਗੀ। ਕੈਮਰਾਮੈਨ ਅਮਨਦੀਪ ਕੇ ਸਾਥ ਸ਼ਿਪਰਾ ਪਸਰੀਜਾ, ਟਾਈਮਸ ਪੰਜਾਬ ਟੀਵੀ। ਮੋਟੀਵੇਟ।